ਅੱਜ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸੰਵਿਧਾਨ ਦਿਵਸ ਮੌਕੇ ਸੰਵਿਧਾਨ ਦਿਵਸ ਮਨਾਇਆ ਗਿਆ। ਵਿਲੱਖਣ ਗੱਲ ਇਹ ਸੀ ਕਿ ਕਾਲਜ ਵਿੱਚ ਪਹਿਲੀ ਵਾਰ ਸੰਵਿਧਾਨ ਦਿਵਸ ਮਨਾਇਆ ਗਿਆ। ਕਾਲਜ ਲਾਇਬ੍ਰੇਰੀ ਵਿੱਚ ਡਾਕਟਰ B.R. ਅੰਬੇਦਕਰ ਜੀ ਦਾ ਸਰੂਪ ਅਤੇ ਭਾਰਤ ਦਾ ਸੰਵਿਧਾਨ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਆਗੂ ਅੰਕੁਸ਼ ਮੁਠੱਡਾ, ਅਰੁਣ ਸੁਮਨ, ਨਵਰਾਜ ਅੱਟੀ, ਮਨੀਸ਼ ਬੰਗਾ ਨੇ ਸੰਬੋਧਨ ਕਰਦਿਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਹਰ ਇੱਕ ਸਕੂਲ, ਕਾਲਜ, ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਭਾਰਤ ਦਾ ਸੰਵਿਧਾਨ ਪੜ੍ਹਨ ਲਈ ਰੱਖਿਆ ਜਾਵੇ ਅਤੇ ਰਹਿਬਰਾਂ ਦੇ ਦਿੱਤੇ ਰਾਸਤੇ ਦੇ ਚੱਲਣ ਲਈ ਕਿਹਾ। ਅੰਕੁਸ਼ ਮੁਠੱਡਾ, ਸ਼ਾਹ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਜੈ ਭਾਰਤ। ਅੱਜ ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਵੱਲੋਂ ਰਾਮਗੜ੍ਹੀਆ ਕਾਲਜ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ 2 ਸਾਲ 11 ਮਹੀਨੇ ਅਤੇ 18 ਦਿਨ ਲਾ ਕੇ ਪੂਰਾ ਕੀਤਾ ਸੀ ਅਤੇ ਜਿਸ ਦੇ ਵਿੱਚ ਬਾਬਾ ਸਾਹਿਬ ਜੀ ਨੇ ਜਿਹੜੇ ਦਿੱਤੇ ਹੱਕ ਇਕੁਐਲਿਟੀ ਦਾ ਦਿੱਤਾ ਸੀ, ਜਿਹਦੇ ਵਿੱਚ ਬਾਬਾ ਸਾਹਿਬ ਨੇ ਲਿਖਿਆ ਸੀ ਵੀ ਆਰ ਇੰਡੀਅਨ ਫਸਟਲੀ ਐਂਡ ਲਾਸਟਲੀ, ਵੀ ਅਸੀਂ ਸਭ ਤੋਂ ਪਹਿਲਾਂ ਵੀ ਭਾਰਤੀ ਹਾਂ ਅਤੇ ਲਾਸਟ ਵਿੱਚ ਜਦੋਂ ਮਰਨ ਵੇਲੇ ਵੀ ਅਸੀਂ ਭਾਰਤੀ ਹਾਂ, ਅਸੀਂ ਕਿਸੇ ਦੇ ਅੰਡਰ ਗੁਲਾਮ ਨਹੀਂ। ਅਤੇ ਬਾਬਾ ਸਾਹਿਬ ਨੇ ਇੱਕ ਇਹ ਵੀ ਗੱਲ ਕਹੀ ਸੀ, ਗੁਲਾਮੀ ਸਹਿਣ ਨਾਲੋਂ, ਗੁਲਾਮੀ ਜਿਹੜਾ ਕਰਨ ਨਾਲੋਂ ਗੁਲਾਮੀ ਸਹਿਣ ਵਾਲਾ ਜਿਹੜਾ ਜ਼ਿਆਦਾ ਗੁਨਾਹਗਾਰ ਹੁੰਦਾ ਵਾ। ਇਸ ਲਈ ਆਓ ਰਲ ਕੇ ਭਾਰਤੀ ਸੰਵਿਧਾਨ ਨੂੰ ਲਾਗੂ ਕਰਾਈਏ ਅਤੇ ਗੁਲਾਮਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਕੱਟ ਕੇ ਇੱਕ ਅੱਛੇ ਭਾਰਤ ਦਾ ਨਿਰਮਾਣ ਕਰੀਏ ਅਤੇ ਅਸੀਂ ਸਾਰੇ ਸਾਥੀ ਸਾਰੇ ਵਰਲਡ ਨੂੰ ਭਾਰਤੀ ਸੰਵਿਧਾਨ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਜੈ ਭੀਮ, ਜੈ ਭਾਰਤ। ਸੋ ਅੱਜ ਜਿਹੜੇ ਕਾਲਜ ਦੀ ਮੇਨ ਲਾਇਬ੍ਰੇਰੀ ਹੁੰਦੀ ਹੈ, ਜਿਸ ਦੇ ਵਿੱਚ ਸਾਰੇ ਬੱਚੇ ਪੜ੍ਹਨ ਲਈ ਆਉਂਦੇ ਆ, ਅਤੇ ਉਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਇੱਕ ਜੋ ਸਾਡੇ ਵਿੱਚ ਜੀਂਦੇ ਤਾਂ ਨਹੀਂ ਪਰ ਉਹਨਾਂ ਨੂੰ ਅਸੀਂ ਫੋਟੋ ਦੇ ਰੂਪ, ਜਿਹੜੀ ਸਵਰੂਪ ਹੁੰਦਾ ਉਹਨਾਂ ਨੂੰ ਦੇਖ ਕੇ ਅਸੀਂ ਉਹਨੂੰ ਯਾਦ ਕਰਦੇ ਹਾਂ। ਅਸੀਂ ਉਹਨਾਂ ਦਾ ਸਵਰੂਪ ਵੀ ਜਿਹੜਾ ਲਾਇਬ੍ਰੇਰੀ ਵਿੱਚ ਸਥਾਪਿਤ ਕੀਤਾ ਗਿਆ ਅਤੇ ਇਸ ਦੀ ਭਾਰਤੀ ਸੰਵਿਧਾਨ ਦੀ ਛੋਟਾ ਜਿਹਾ ਸਵਰੂਪ ਜੋ ਅਸੀਂ ਲਾਇਬ੍ਰੇਰੀ ਵਿੱਚ ਸਥਾਪਿਤ ਕੀਤਾ ਗਿਆ। ਧੰਨਵਾਦ। ਜੈ ਭੀਮ, ਜੈ ਭਾਰਤ। Subscribe now and press the bell icon. Never miss an update.